ਵਧਾਈਆਂ ਦਿੰਦੀ ਆ। ਸੋ ਬੜੇ ਭਾਗਾ ਨਾਲ ਤੇ ਵੇਟ ਤੋਂ ਬਾਅਦ ਇਹ ਦਿਨ ਆਉਂਦੇ ਨੇ। ਸੋ ਮਾਂ ਲਈ ਸਭ ਤੋਂ ਪਹਿਲਾਂ ਬਹੁਤ ਵੱਡਾ ਦਿਨ ਹੁੰਦਾ ਤੇ ਉਸ ਤੋਂ ਬਾਅਦ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਦੋਸਤ ਬੇਲੀ ਸਾਰੇ ਇਕੱਠੇ ਹੋਏ ਨੇ, ਸਾਰਿਆਂ ਲਈ ਇਹ ਖਾਸ ਦਿਨ ਆ ਤੇ ਬਹੁਤ ਵੱਡਾ ਦਿਨ ਆ। ਸੋ ਮੈਂ ਇਹੀ ਸ਼ੁਭ ਇਸ਼ਾਵਾਂ ਤੁਹਾਨੂੰ ਦਿੰਦੀ ਹਾਂ ਕਿ ਤੁਹਾਡਾ ਇਹ ਦਿਨ ਬਹੁਤ ਵਧੀਆ ਨੇਪਰੇ ਚੜ੍ਹੇ ਤੇ ਮੈਂ ਵੀ ਆਪਣਾ ਜਿੰਨਾ ਹਿੱਸਾ ਪਾ ਸਕਦੀ ਹਾਂ ਮੈਂ ਵੀ ਟਰਾਈ ਕਰੂੰਗੀ ਕਿ ਤੁਹਾਨੂੰ ਨਚਾਈਏ ਥੋੜ੍ਹਾ ਬਹੁਤ ਇੰਜੋਏ ਕਰਾਈਏ ਤੇ ਇਹ ਦਿਨ ਤੁਹਾਡਾ ਯਾਦਗਾਰ ਬਣੇ। ਜਿੱਦਾਂ ਕਿ ਲੈਂਬਰ ਸਾਹਿਬ ਕਰਕੇ ਗਏ ਨੇ ਇੰਨਾ ਤਾਂ ਨਹੀਂ ਮੈਨੂੰ ਲੱਗਦਾ ਹੋਣਾ, ਪਰ ਮੈਂ ਜ਼ੋਰ ਪੂਰਾ ਲਾ ਦੇਣਾ ਆ, ਬਾਕੀ ਦੇਖਦੇ ਹਾਂ ਨਾ ਕੀ ਹੁੰਦਾ ਆ। ਤੇ ਉਹਨਾਂ ਦੀ ਜਰਨੀ ਬਹੁਤ ਲੰਬੀ ਹੈ ਤੇ ਮੇਰੀ ਜਰਨੀ ਹਜੇ ਸ਼ੁਰੂ ਹੋਈ ਆ। ਸੋ ਆਈ ਸਟਿਲ ਟ੍ਰਾਈ ਮਾਈ ਬੈਸਟ, ਸੋ ਰੈਡੀ ਹਾਂ। ਯੇ ਯੇ ਯੇ, ਥੋੜੀ ਜਿਹੀ ਆਵਾਜ਼ ਆਈ ਆ, ਥੋੜੀ ਜਿਹੀ ਹੋਰ ਆਲੇ ਦੁਆਲੇ ਤੋਂ ਯੇ, ਇਹੋ ਜਿਹੀ ਆਵਾਜ਼ ਤੇ ਇਹੋ ਜਿਹੀ ਧਮਕ ਵੀ ਪੈਣੀ ਚਾਹੀਦੀ ਆ। ਪਤਾ ਲੱਗੇ ਵੀ ਜੱਟਾਂ ਨੇ ਜੋ ਰੌਲਾ ਪਾ ਲਿਆ, ਹੁਣ ਜੱਟੀਆਂ ਵੀ ਪਾਉਣ ਲੱਗੀਆਂ ਨੇ। ਸੋ ਆਪਾਂ ਵੀ ਘੱਟ ਨਹੀਂ ਰਹਿਣਾ, ਜਿਹਦਾ ਜਿਹਦਾ ਜੀ ਕਰਦਾ ਉਹਨੇ ਬੈਠਣ ਨਹੀਂ ਰਹਿਣਾ, ਨੱਚਣਾ ਜ਼ਰੂਰ ਹੈ। ਮੈਂ ਆਪ ਵੀ ਨੱਚ ਲੈਂਦੀ ਹੁੰਦੀ ਹਾਂ, ਮੇਰੇ ਤੋਂ ਨਹੀਂ ਕੰਟਰੋਲ ਹੁੰਦਾ ਤੇ ਮੈਂ